ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗਲੇ ਦੀ ਕਟਾਈ ਕਰਨੀ ਸਿੱਖਾਂਗੇ ਹਾਂਜੀ ਆਪਾਂ ਹੁਣ ਦੇਖੋ ਸਭ ਤੋਂ ਪਹਿਲਾਂ ਇਹ ਗੱਲ ਨੂੰ ਵੀ ਸਮਾਰ ਕੇ ਦੇਖੋ ਸ਼ੁਰੂ ਸਟਾਰਟਿੰਗ ਦਾ ਆਪਾਂ ਕੀ ਕਰਨਾ ਇਹ ਆਪਾਂ ਨੇ ਦੇਖੋ ਕਮੀਜ਼ ਸਿਉਣਾ ਜਿਹੜਾ ਆਪਾਂ ਨੇ ਹੁਣ ਕਮੀਜ਼ ਦੀ ਕਟਾਈ ਕਰਨੀ ਆ ਆ ਆਪਾਂ ਨੇ ਦੋਨੇ ਪੱਲੇ ਆਹ ਇਹ ਥਾਰ ਬੈਕ ਆ ਫਰੰਟ ਦਾ ਦੋਨੇ ਪੱਲੇ ਆਪਾਂ ਨੇ ਲੰਬਾਈ ਵੀ ਲੈ ਲਈ ਇਹਨਾਂ ਦੀ ਤਿੰਨ ਪਲੱਸ ਕਰ ਲਿਆ ਜਿੰਨੀ ਲੰਬਾਈ ਕਮੀ ਦੀ ਤਿਆਰ ਆ ਉਹਦੇ ਤੋਂ ਤਿੰਨ ਪਲੱਸ ਕਰਕੇ ਲੰਬਾਈ ਪੂਰੀ ਕਰ ਲਈ ਆਪਾਂ ਨੇ ਤੇ ਹੁਣ ਇਹਦੇ ਵਿੱਚ ਘੇਰੇ ਦੇ ਵਿੱਚ ਜਿੰਨਾ ਘੇਰਾ ਤਿਆਰ ਆ ਉਹਦੇ ਵਿੱਚ ਆਪਾਂ ਤਿੰਨ ਪਲੱਸ ਕਰਕੇ ਘੇਰਾ ਪੂਰਾ ਕਰਕੇ ਇਹ ਦੋਨੇ ਕੱਪੜਿਆਂ ਦਾ ਘੇਰਾ ਵੀ ਤਿੰਨ ਪਲੱਸ ਕਰਕੇ ਪੂਰਾ ਕਰ ਲਿਆ ਲੰਬਾਈ ਵੀ ਤਿੰਨ ਪਲੱਸ ਕਰਕੇ ਪੂਰੀ ਕਰ ਲਈ ਇਹ ਆਪਾਂ ਨੇ ਫਿਰ ਇਹਨਾਂ ਨੂੰ ਇਦਾਂ ਕਰਕੇ ਫੋਲਡ ਕਰਕੇ ਆਪਾਂ ਦੋਨੇ ਪੱਲੀਆਂ ਨੂੰ ਇਦਾਂ ਧਰ ਲਿਆ ਇਧਰਲੀ ਸਾਈਡ ਖੁੱਲੇ ਪਾਸੇ ਨੇ ਤੇ ਇਧਰਲੀ ਸਾਈਡ ਫੋਲਡ ਪਾਸੇ ਨੇ ਆਪਣੇ ਇਦਾਂ ਧਰ ਲਿਆ ਦੇਖੋ ਲੰਬਾਈ ਤੇ ਘੇਰਾ ਪੂਰਾ ਕਰਕੇ ਆਪਾਂ ਨੇ ਇਹ ਕੱਪੜਾ ਫੋਲਡ ਕਰਕੇ ਇਦਾਂ ਰੱਖ ਲਿਆ ਹੁਣ ਆਪਾਂ ਦੇਖਣਾ ਹੈ ਅੱਧੂ ਬਾਅਦ ਵਿੱਚ ਫਿਰ ਕੀ ਕਰਨਾ ਤੇ ਹੁਣ ਆਪਾਂ ਨੇ ਮੈਨੂੰ ਕਮੈਂਟ ਆਇਆ ਸੀਗਾ ਅ ਉਹ ਸੰਧੂ ਜੀ ਦਾ ਹੁਣ ਇਹ ਗੱਲ ਨੂੰ ਧਿਆਨ ਨਾਲ ਦੇਖਿਓ ਹੁਣ ਆਪਾਂ ਨੇ ਲੰਬਾਈ ਤੇ ਘੇਰਾ ਪੂਰਾ ਕਰਕੇ ਰੱਖ ਲਿਆ ਇਸ ਤੋਂ ਅੱਗੇ ਆਪਾਂ ਨੇ ਹੁਣ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਤੀਰਾ ਲਵਾਂਗੇ ਹਾਂਜੀ ਤੀਰਾ ਹੈਗਾ ਆਪਣਾ 12 ਇੰਚ ਤਿਆਰ ਆ 12 ਇੰਚ ਪੂਰਾ ਤਿਆਰ ਆ ਆਪਾਂ ਜਦੋਂ ਤੀਰਾ ਜਿਹੜਾ ਆਪਾਂ ਕਮੀਜ਼ ਦੇ ਉੱਤੇ ਤਾਂ ਧਰ ਕੇ ਲੈਣੇ ਆ ਨਾ ਉਹ 12 ਇੰਚ ਪੂਰਾ ਤਿਆਰ ਆ ਉਹਦਾ ਫਿਰ ਆਪਾਂ ਨੇ ਅੱਧ ਲੈਣਾ ਹੁੰਦਾ 12 ਇੰਚ ਦਾ ਅੱਧ ਹੋ ਗਿਆ 6 ਇੰਚ ਜਿੰਨਾ ਆਪਣਾ ਤੀਰਾ ਤਿਆਰ ਆ ਉਹਦਾ ਅੱਧ ਹੋ ਗਿਆ ਆਪਣਾ 6 ਤੇ ਜਿੰਨਾ ਥੋੜਾ ਤੀਰਾ ਤਿਆਰ ਆ ਤੁਸੀਂ ਉਹਦਾ ਅੱਧ ਲੈ ਲਓ ਅੱਧ ਲੈ ਕੇ ਫਿਰ ਆਪਾਂ ਲੰਬਾਈ ਤੇ ਘੇਰੇ ਦੇ ਮਗਰੋਂ ਫਿਰ ਆ ਤੀਰਾ ਲੈਣਾ ਤੀਰਾ ਲੈਣਾ ਆਪਾਂ ਨੇ ਅੱਧਾ ਜਿੰਨਾ ਤਿਆਰ ਆ ਉਹ ਦਾ ਅੱਧ ਲੈ ਲੈਣਾ ਹੁਣ ਆਪਣੇ ਕੋਲੇ 12 ਇੰਚ ਤੀਰਾ ਤਿਆਰ ਆ ਹੁਣ ਆਪਾਂ 6 ਇੰਚ ਦੇ ਉੱਤੇ ਨਿਸ਼ਾਨੀ ਲਾ ਲਈ 6 ਇੰਚ ਦੇ ਤੀਰੇ ਤੇ ਨਿਸ਼ਾਨੀ ਲਾ ਲਈ ਫਿਰ ਆਪਾਂ ਨੇ ਅੱਧਾ ਇੰਚ ਸਲਾਈ ਦਾ ਲੈ ਲੈਣਾ ਅੱਧਾ ਇੰਚ ਪਨੇ ਸਲਾਈ ਦਾ ਲਾ ਲਿਆ ਤੀਰਾ ਲਾ ਲਿਆ ਤੇ ਹੁਣ ਇਸ ਤੋਂ ਅੱਗੇ ਆਪਾਂ ਹੁਣ ਗਲੇ ਦੀ ਕੀ ਕਰਨਾ ਤੇ ਬਸ ਇਦੂ-ਇਦੂ ਬਾਦ ਵਿੱਚ ਇਹਨਾਂ ਆਪਾਂ ਮੋਢਾ ਕਰਨਾ ਜਿੰਨਾ ਆਪਾਂ ਤੀਰਾ ਲਾਇਆ ਉਹਦੇ ਚੋਂ ਆਪਾਂ 1 ਇੰਚ ਮੋਢਾ ਰੱਖਣਾ ਵੱਧ ਜਿੰਨਾ ਤੀਰਾ ਵਾ ਜੇ ਆਪਣਾ 6 ਇੰਚ ਤੀਰਾ ਤਾਂ 7 ਇੰਚ ਮੋਢਾ ਜੇ 6.5 ਇੰਚ ਤੀਰਾ ਤਾਂ 7.5 ਮੋਢਾ ਤੇ ਇਹ ਜ਼ਿਆਦਾ ਤੋਂ ਜ਼ਿਆਦਾ ਤਰ ਮੀਡੀਅਮ ਸਾਈਜ਼ ਤੱਕ ਵੀ 6.5 ਤੱਕ ਤੀਰਾ ਪੂਰਾ ਸੈੱਟ ਹੁੰਦਾ ਤੇ ਜੇ ਕੋਈ ਜ਼ਿਆਦਾ ਹੀ ਜ਼ਿਆਦਾ ਭਾਰੀ ਹੁੰਦਾ ਉਹ ਆ ਤੀਰਾ 7 7.5 ਹੋ ਜਾਂਦਾ ਤੇ ਫਿਰ ਉਹ ਤੋਂ ਵੱਧ ਜਾਂਦਾ ਜਿਹਦੇ ਜਿੰਨਾ ਜਿੰਨਾ ਭਾਰੀ ਹੁੰਦਾ ਵਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਤੀਰਾ ਲਾ ਲਿਆ ਤੀਰਾ ਲਾ ਕੇ ਜਿੰਨਾ ਤੀਰਾ ਆਪਣਾ ਹੁਣ ਇਹ ਉੱਪਰ ਹੋ ਗਿਆ 6 ਇੰਚ ਤੀਰੇ ਦਾ ਲਾ ਲਿਆ ਤੇ ਅੱਧਾ ਇੰਚ ਆਪਾਂ ਨੇ ਸਲਾਈ ਦਾ ਲਾ ਲਿਆ ਹੁਣ ਆਪਾਂ ਨੇ ਇਹ 6.5 ਹੋ ਗਿਆ ਨ ਉੱਪਰ ਉੱਪਰੋਂ ਆਪਾਂ 6.5 ਤੀਰਾ ਲਾਇਆ ਹੁਣ ਆਪਾਂ ਆਹ ਦੇਖੋ ਇੱਧਰ ਹੁਣ ਕਿੰਨਾ 6.5 ਹੋ ਗਿਆ 6 ਇੰਚ ਤੀਰਾ 6.5 ਆਪਾਂ ਨੇ ਸਲਾਈ ਲਾ ਲਈ ਹੁਣ ਆਪਾਂ ਉੱਪਰੋਂ 6.5 ਰੱਖਿਆ ਤਾਂ ਹੁਣ ਆਪਾਂ 7.5 ਆਪਾਂ ਇਹ ਤਾਂ ਇਹਦਾ ਮੋੜਾ ਰੱਖਾਂਗੇ ਹਾਂ ਧਿਆਨ ਨਾਲ ਦੇਖੋ ਹੁਣ ਜਿੰਨਾ ਤੀਰਾ ਲਾਇਆ ਆਪਾਂ ਨੇ 6.5 6 ਤਿਆਰ ਅੱਧਾ ਇੰਚ ਆਪਾਂ ਇਸਲਾਇਡਰ ਰੱਖਿਆ ਫੇਰ ਆਪਾਂ 6.5 ਉੱਪਰ ਉੱਪਰੋਂ ਰੱਖਿਆ ਤੀਰਾ 7.5 ਆਪਾਂ ਮੋੜੇ ਦੀ ਨਿਸ਼ਾਨੀ ਲਾ ਲਈ ਇੱਥੋਂ ਵੀ ਆਪਾਂ ਨੇ 6.5 ਹੀ ਰੱਖਣਾ ਜਿੰਨਾ ਉੱਪਰੋਂ ਰੱਖਿਆ ਜਿੰਨਾ ਉੱਪਰੋਂ ਰੱਖਿਆ 6.5 ਉਰੋਂ ਵੀ ਆਪਾਂ ਨੇ 6.5 ਦੀ ਨਿਸ਼ਾਨੀ ਲਾ ਲੈਣੀ ਆ ਫੇਰ ਆਪਾਂ ਨੇ ਇਹਨਾਂ ਨੂੰ ਆ ਜਿਹੜੀ ਬਾਦੂਰ ਫਨਸੀਨ ਲਈ ਰੱਖੀ ਹੋਈ ਹੈ ਨਾ ਕਟਾਈ ਲਈ ਇਹਦੇ ਤੋਂ ਇਹਦੇ ਤੱਕ ਆਪਾਂ ਇਹਨੂੰ ਮਲਾ ਦੇਣਾ ਇਹ ਮਲਾ ਕੇ ਫਿਰ ਪਨੀਰ ਦਾ ਇਧਰ ਨੂੰ ਡੱਬਾ ਬਣਾ ਦੇਣਾ ਇਹ ਤਾਂ ਹੋ ਗਈ ਮੋਢੇ ਦੀ ਨਾ ਤੇ ਹੁਣ ਆਪਾਂ ਨੇ ਅੱਜ ਗਲੇ ਦੀ ਕਟਾਈ ਕਰਨੀ ਸਿੱਖਣੀ ਹੈ ਨਾ ਤੇ ਹੁਣ ਇਹ ਗਲਾ ਜਿਹੜਾ ਆਪਣਾ ਆਹ ਵਾਲਾ ਆਪਣਾ ਕੱਟਣਾ ਹੈ ਨਾ ਇਹ ਇਹ ਇੱਥੋਂ ਪਹਿਲਾਂ 2 ਇੰਚ ਲੈਣਾ ਇਥੋਂ 2 ਇੰਚ ਲੈਣਾ ਤੇ ਜੇ ਕੋਈ ਜ਼ਿਆਦਾ ਭਾਰੀ ਨਾ ਆਪਾ ਫੇਰ ਢਾਈ ਲੈ ਲਓ ਜੇ ਕਿਸੇ ਨੂੰ ਬਾਲਾ ਨਾਲ ਲੱਗਦਾ ਜਾਂ ਲੱਗਦਾ ਤਾਂ ਉਹ ਢਾਈ ਲੈ ਲਓ ਨਹੀਂ ਤਾਂ ਇਹ 2 ਇੰਚ ਰੱਖੋਗੇ ਤੁਹਾਡੇ ਮੋਢੇ ਨਹੀਂ ਦਿਖਣਗੇ ਕਦੇ ਵੀ ਇਹ 2 ਇੰਚ ਰੱਖਣਾ ਆਪਾਂ ਨੇ ਤੇ 2 ਇੰਚ ਰੱਖ ਕੇ ਜਿੰਨਾ ਆਪਣਾ ਥੱਲੇ ਨੂੰ ਦੀਪ ਆ ਉਨੀ ਨਿਸ਼ਾਨੀ ਲਾ ਲਓ ਜਿੰਨਾ ਆਪਣਾ ਦੀਪ ਜਿੰਨਾ ਥੋੜਾ ਦੀਪ ਹੈਗਾ ਉਨੀ ਨਿਸ਼ਾਨੀ ਲਾ ਲਓ ਹੁਣ ਆਪਾਂ ਇੱਥੇ 6.5 ਤੇ ਦੀਪ ਆਪਣਾ 6.5 ਤੇ ਆਪਣਾ ਦੀਪ ਤੇ ਇਥੇ 6.5 ਤੇ ਨਿਸ਼ਾਨੀ ਲਾ ਲਈ ਫਿਰ ਦੀ ਆਪਾਂ ਲਾਉਣੀ ਹੈ ਇਹ ਫਰੰਟ ਦੀ ਤੇ ਹੁਣ ਜੇ ਬੈਕ ਵਾਲਾ ਹੈਗਾ ਆਪਣਾ 5.5 ਬੈਕ ਵਾਲਾ ਹੈਗਾ 5.5 ਇਦਾਂ ਨਿਸ਼ਾਨੀਆਂ ਲਾ ਲੀਏ ਆਪਾਂ ਨੇ ਹੁਣ ਜਿਹੜੇ ਆਪਾਂ 2 ਇੰਚ ਦੀ ਨਿਸ਼ਾਨੀ ਲਾਈ ਆ ਤੇ ਇਹ ਵਾਲੀ ਆਪਾਂ ਨੇ ਆ ਬੈਕ ਦੀ ਇਦਾਂ ਲਾ ਲੈਣੀ ਆ ਲਾਲੀ ਨਾਲ ਇਦਾਂ ਜਗੋਲ ਕਰਨਾ ਚੌਰਸ ਕਰਨਾ ਉਹ ਆਪਣੀ ਮਰਜ਼ੀ ਆ ਕਿੱਦਾਂ ਕਰਨਾ ਇਹ ਬੈਕ ਦੀ ਲਾ ਲਈ ਤੇ ਇਹਦਾ ਫਰੰਟ ਦਾ ਵਾ ਤੇ ਜੇਕਰ ਤੁਸੀਂ ਬੁਕਰਮ ਪਾ ਕੇ ਬਣਾਉਣਾ ਫਿਰ ਤਾਂ ਮੇਰੀ ਇੱਕ ਵੀਡੀਓ ਪਾਈ ਹੋਈ ਹੈ ਉਹ ਬੁਕਰਮ ਪਾ ਕੇ ਮੂਹਰ ਲਈ ਫਰੰਟ ਦੀ ਬੁਕਰਮ ਪਾ ਕੇ ਬਣਾ ਲੈਣਾ ਗਲਾ ਤੇ ਜੇਕਰ ਤੁਸੀਂ ਇਦਾਂ ਸਿੱਧਾ ਹੀ ਕੱਟ ਕੇ ਲੀਰ ਹੀ ਲਾਉਣੀ ਆ ਫਿਰ ਤੁਸੀਂ ਇਹ ਦਾ ਇਦਾਂ ਹੀ ਕਰਕੇ ਇਹਦੀ ਗਲਾਈ ਪਾ ਦਿਓ ਚਾਹੀ ਚੌਰਸ ਕਰ ਲਓ ਚਾਹੀ ਗੋਲ ਕਰ ਲਓ ਤੁਹਾਡੀ ਮਰਜ਼ੀ ਹੈ ਤੇ ਇਦਾਂ ਇਹਦੀ ਕਟਿੰਗ ਕਰ ਦੇਣੀ ਆ ਫਿਰ ਪਹਿਲਾਂ ਬੈਕ ਦੀ ਕਰ ਦੇਣੀ ਆ ਫਿਰ ਬੈਕ ਕੱਢ ਕੇ ਫਿਰ ਆਪਾਂ ਨੇ ਫਰੰਟ ਦੀ ਕਟਿੰਗ ਕਰਨੀ ਆ ਅਲੱਗ ਤੇ ਇਦਾਂ ਪਾਉਣੇ ਦੀ ਕਟਿੰਗ ਕਰਾਂਗੇ ਹਾਂਜੀ ਹੁਣ ਆ ਦੇਖੋ ਇਹ ਆਪਣਾ ਫਰੰਟ ਵਾਲਾ ਪੱਲਾ ਇਹ ਨੂੰ ਆਪਾਂ ਇਹ ਦੇਖੋ ਅਲੱਗ-ਅਲੱਗ ਰੱਖੇ ਨੇ ਨਾ ਤੇ ਇਹ ਹੁਣ ਆਪਾਂ ਨੇ ਪਹਿਲਾਂ ਫਰੰਟ ਦੀ ਕਰ ਦੇਣੀ ਆ ਕਟਿੰਗ ਫਿਰ ਇਹਦੀ ਆਹ ਦੀ ਆ ਬੈਕ ਦੀ ਆ ਇਹੀ ਨਿਸ਼ਾਨੀ ਆਪਾਂ ਨੇ ਬੈਕ ਦੇ ਹੇਠਾਂ ਆ ਦੇਖੋ ਇੱਥੇ 2 ਇੰਚ ਦੀ ਨਿਸ਼ਾਨੀ ਲਾ ਕੇ ਇਦਾਂ ਆਪਾਂ ਇਹਦੀ 5.5 ਤੇ ਆਪਾਂ ਇਹਦੀ ਗਲਾਈ ਪਾ ਲੈਣੀ ਆ ਇਹ ਹੋ ਗਿਆ ਇਹਦੀ ਕਟਿੰਗ ਕਰ ਦੇਣੀ ਆ ਤੇ ਇਹ ਹੋ ਗਿਆ ਆਪਣਾ ਸਿੰਪਲ ਗਲਾ ਸਿਰਫ ਜਦੋਂ ਆਪਾਂ ਕਟਿੰਗ ਕਰਨੀ ਸਿੱਖਣੀ ਆ ਬਸ ਇੱਥੋਂ ਹੁਣ ਦੇਖੋ ਧਿਆਨ ਨਾਲ ਜਿੱਥੋਂ ਨਹੀਂ ਸਮਝ ਆਈ ਤਾਂ ਮੈਨੂੰ ਉਥੋਂ ਫੇਰ ਪੁੱਛਿਓ ਤੇ ਹੁਣ ਦੇਖੋ ਇੱਥੋਂ ਆਪਾਂ 2 ਇੰਚ ਲੈਣੀ ਆ ਇੱਥੋਂ ਲੈ ਕੇ ਇੱਥੇ 2 ਇੰਚ ਲੈਣੀ ਆ ਇਹ 2 ਇੰਚ ਲਵਾਂਗੇ ਫਿਰ ਮੋਡੇ ਨਹੀਂ ਦਿਖਦੇ ਜੇ ਢਾਈ ਇੰਚ ਲਵਾਂਗੇ ਕਈ ਵਾਰ ਮੋਡੇ ਦਿਖਣ ਲੱਗ ਜਾਂਦੇ ਨੇ ਜੇਕਰ ਤੁਹਾਨੂੰ 2 ਇੰਚ ਜ਼ਿਆਦਾ ਨਾਲ ਜੇ ਲੱਗਦਾ ਲੱਗਦਾ ਨਾ ਗਲਾ ਫਿਰ ਤੁਸੀਂ ਇਹਨੂੰ ਢਾਈ ਕਰ ਲਓ ਤੇ ਤੇ ਜਿੱਦਾਂ ਜਿੱਦਾਂ ਵੀ ਆਪਣੇ ਸਰੀਰ ਦੀ ਚੜਾਈ ਹੁੰਦੀ ਆ ਭਾਰੀ ਹੁੰਦਾ ਨਾ ਸਰੀਰ ਉਹ ਸਹਾਵਨਾ ਫਿਰ ਪੈ ਨੂੰ ਵਧਾ ਸਕਦੇ ਆ ਕਈਆਂ ਨੂੰ ਖੁੱਲਾ ਜਿਹਾ ਗਲਾ ਪਾਉਣਾ ਵਧੀਆ ਲੱਗਦਾ ਫਿਰ ਆਪਾਂ ਇੱਕ ਬੋਟ ਗਲੇ ਦੀ ਵੀ ਬਣਾਵਾਂਗੇ ਉਹ ਬੋਟ ਗਲੇ ਦਾ ਬਸ ਉਹ ਡੀਪ ਘੱਟ ਹੁੰਦਾ ਉਹ ਇਦਾਂ ਸਿੱਧਾ ਇੱਥੋਂ ਦੱਸੂ ਮੈਂ ਤੁਹਾਨੂੰ ਉਹ ਬੋਟ ਗਲੇ ਦੀ ਮੈਂ ਅਲੱਗ ਬਣਾਉਂਗੀ ਤੇ ਹੁਣ ਆ ਧਿਆਨ ਨਾਲ ਦੇਖੋ ਹੁਣ ਆਪਾਂ ਨੇ ਤੁਸੀਂ ਮੈਨੂੰ ਪੁੱਛਿਆ ਸੀ ਨਾ ਕਮੈਂਟ ਕਰਕੇ ਵੀ ਇਹ ਦੂਜਾ ਬਾਦ ਵਿੱਚ ਕੀ ਕਰਨਾ ਲੰਬਾਈ ਪੂਰੀ ਕਰ ਲਈ ਤਿੰਨ ਪਲੱਸ ਲੰਬਾਈ ਚ ਕਰ ਲੈਣਾ ਤਿੰਨ ਪਲੱਸ ਘੇਰੇ ਚ ਕਰ ਲੈਣਾ ਇਹਨੂੰ ਆਪਾਂ ਨੇ ਇਦਾਂ ਹੀ ਰੱਖ ਲੈਣਾ ਇਕੱਲਾ ਇਕੱਲਾ ਕਰਕੇ ਰੱਖ ਲਵਾਂਗੀ ਤਾਂ ਵਧੀਆ ਕੱਲਾ ਆਪਰੇ ਐ ਬੈਕ ਦਾ ਆ ਫਰੰਟ ਦਾ ਇੱਦਾਂ ਦੂਰ ਇੱਕ ਫੋਲਡ ਕਰਕੇ ਰੱਖ ਲੈਣੇ ਆ ਫਿਰ ਆਪਾਂ ਸਭ ਤੋਂ ਪਹਿਲਾਂ ਤੀਰਾ ਲਾ ਲੈਣਾ ਜਿੰਨਾ ਤਿਆਰ ਤੀਰਾ ਆਪਾਂ ਅੱਧਾ ਉਹਦਾ ਅੱਧ ਕਰਕੇ ਜਿੰਨਾ ਤਿਆਰ ਤੀਰਾ ਜੇ 12 13 ਉਹਦਾ ਅੱਧ ਕਰਕੇ ਆਪਾਂ ਨੇ ਇੱਥੇ ਪਹਿਲਾਂ ਤੀਰਾ ਲਾ ਲੈਣਾ ਜੇ 12 ਇੰਚ ਆ ਤਾਂ 6 ਇੰਚ ਤੀਰਾ ਲਿਆ ਅੱਧਾ ਇੰਚ ਆਪਾਂ ਨੇ ਲਾ ਲਈਏ ਦੀ ਸਲਾਈ ਦੀ ਜਿਹੜੀ ਕਟਿੰਗ ਕਰਨੀ ਆਪਾਂ ਜਿੱਤੋਂ ਤੇ ਫਿਰ ਬਸ ਆ 2 ਇੰਚ ਦੀ ਨਿਸ਼ਾਨੀ ਲਾ ਕੇ ਤੇ ਗੋਲ ਕਰਨਾ ਜਿੰਨੇ ਦੀਪ ਆ ਉਹਨਾਂ ਗळा ਦੀਪ ਕਰ ਲੈਣਾ ਪਿਛਲੇ ਦਾ ਲਾ ਲੈਣਾ ਫਰੰਟ ਦਾ ਲਾ ਲੈਣਾ ਤੇ ਚੌਰਸ ਕਰਨਾ ਚੌਰਸ ਕਰ ਲਓ ਗੋਲ ਕਰਨਾ ਗੋਲ ਕਰ ਲਓ ਇਹਦੀ ਆਪਾਂ ਸ਼ੇਪ ਜਿੱਦਾਂ ਦੇਣੀਆਂ ਦੇ ਲੈਣੀਆਂ ਤੇ ਜੇਕਰ ਆਪਾਂ ਨੇ ਬੁਗਰਾਮ ਵਾਲਾ ਪਾਉਣਾ ਮੈਂ ਤੁਹਾਡੀ ਮੇਰੀ ਵੀਡੀਓ ਪਾਈ ਹੋਈ ਹੈ ਜਰੂਰ ਦੇਖ ਲਿਓ ਉਹ ਵਾਲਾ ਆਪਾਂ ਫਿਰ ਫਰੰਟ ਦਾ ਫੇਰ ਕੱਢ ਦੇਣਾ ਕੱਲੀ ਬੈਕ ਦੀ ਕਟਿੰਗ ਕਰਕੇ ਉਹ ਫਰੰਟ ਦਾ ਫਿਰ ਆਪਾਂ ਬੁਗਰਾਮ ਪਾ ਕੇ ਬਣਾ ਲੈਣਾ ਤੇ ਹੁਣ ਦੇਖੋ ਇਹਦੀ ਆਪਾਂ ਇਹ ਫਰੰਟ ਦਾ ਫੇਰ ਕਰਕੇ ਆਪਾਂ ਬੈਕ ਦੀ 5.5 ਦੀ ਕਟਿੰਗ ਕਰਦੇ ਆਂ ਅਸਾਂ ਇਹ ਕਰਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਇਹ ਸਾਢੇ 5 ਦੀ ਆਪਾਂ ਬੈਕ ਦੀ ਕਟਿੰਗ ਕਰਤੀ ਹੁਣ ਆਪਾਂ ਨੇ ਆ ਫਰੰਟ ਦੀ ਕਟਿੰਗ ਕਰਨੀ ਆ ਇਹਨੂੰ ਬੈਕ ਨੂੰ ਪਰੇ ਕੱਢ ਦੇਣਾ ਹੁਣ ਆਪਾਂ ਨੇ ਫਰੰਟ ਦੀ ਕਟਿੰਗ ਕਰਨੀ ਆ ਚੌਰਸ ਕਰਨਾ ਕੋ ਉਹ ਤੁਹਾਡੀ ਮਰਜ਼ੀ ਆ ਜਿੰਦਾਂ ਦਾ ਮਰਜ਼ੀ ਕਰ ਲਓ ਇਹ ਜਿਹੜੇ ਆਪਾਂ ਗਲੇ ਇਦਾਂ ਕੱਟਦੇ ਆ ਫਿਰ ਇਹਨਾਂ ਨੂੰ ਇੱਕ ਲੀਰ ਲਾ ਕੇ ਇਸ ਹਿਸਾਬ ਨਾਲ ਹੀ ਕੱਟ ਲਓ ਚਾਹੇ ਰੇਵ ਕੱਟ ਕੇ ਲਾ ਲਓ ਚਾਹੇ ਇਦਾਂ ਹੀ ਆਪਾਂ ਆ ਜਿਹੜੀ ਪਨੀਰੇ ਦੇ ਵਿੱਚੋਂ ਕੱਢਦੇ ਆ ਇਦਾਂ ਕੱਪੜੇ ਤੇ ਧਰ ਕੇ ਇਦਾਂ ਧਰ ਕੇ ਕਨ ਤੇ ਇਦਾਂ ਇਹਦੀ ਸ਼ੇਪ ਲਾ ਕੇ ਉਹਦੀ ਆਪਾਂ ਇਹ ਕੱਪੜੇ ਚੋਂ ਲੀਰ ਬਣਾ ਸਕਦੇ ਹਾਂ ਉਹ ਵੀ ਵਧੀਆ ਫਸਟ ਆ ਜਾਂਦੀ ਹੈ ਇਦਾਂ ਲਾ ਲਿਓ ਤੇ ਬਸ ਅੱਧੂ ਬਾਅਦ ਵਿੱਚ ਹੋਰ ਕੀ ਜਿਹੜੀ ਚੀਜ਼ ਨਹੀਂ ਸਮਝ ਆਈ ਤਾਂ ਤੁਸੀਂ ਮੈਨੂੰ ਫੇਰ ਕਮੈਂਟ ਕਰਕੇ ਪੁੱਛ ਲਿਓ ਮੈਂ ਫੇਰ ਦੱਸ ਦਊਂਗੀ ਤੇ ਹਾਂਜੀ ਆ ਜਿਹੜਾ ਆਪਾਂ ਇੱਥੋਂ ਜਿਹੜੀ ਲੈਣੀ ਆ ਤੇ ਜੇਕਰ ਆਪਾਂ ਬਾਹਲੀ ਜਿਵੇਂ 11 ਇੰਚ ਤੀਰਾ ਹੋਵੇ ਕਿਸੇ ਪਤਲੀ ਜੀ ਦਾ ਸਿਰ ਹੋਣਾ ਫੇਰ ਤਾਂ ਆਪਾਂ 1.5 ਇੰਚ ਦੀ ਲੈਣੀ ਆ ਆ ਖੁੰਝੇ ਤੇ ਇੱਥੋਂ ਲੈ ਕੇ ਇਹ ਤੋਂ ਫਿਰ 1.5 ਇੰਚ ਦੀ ਆਪਾਂ ਨੇ ਨਿਸ਼ਾਨੀ ਲਾਉਣੀ ਆ ਤੇ ਜੇਕਰ ਆਪਾਂ ਬਾਕੀ మీడియం ਸਾਈਜ਼ ਹੁੰਦਾ ਉਹ 2 ਤੇ ਲੈਣੀ ਆ ਜੇਕਰ మీడియం ਸਾਈਜ਼ ਉਹ ਬਹੁਤ ਜ਼ਿਆਦਾ ਭਾਰਾ ਸਾਈਜ਼ ਹੋਵੇ ਨਾ ਕਿਸੇ ਦਾ ਭਾਰਾ ਭਾਰਾ ਸਰੀਰ ਹੋਵੇ ਉਹਦੀ ਆਪਾਂ ਨੇ 2.5 ਲੈਣੀ ਆ ਨਹੀਂ ਤਾਂ 2 ਇੰਚ ਤੇ ਬਹੁਤ ਵਧੀਆ ਹੁੰਦਾ 38 39 42 42 हिਪ ਵੀ 2 ਇੰਚ ਤੇ ਵਧੀਆ ਫਿਟਿੰਗ ਆਉਂਦੀ ਆ 2 ਇੰਚ ਦੀ ਆ ਜਿਹੜੀ ਫਿਰ ਨਿਸ਼ਾਨੀ ਲਾਉਣੀ ਆ ਇਹ 2 ਇੰਚ ਦੀ ਨਿਸ਼ਾਨੀ ਲਾ ਕੇ ਬਸ ਆਪਾਂ ਇੱਥੋਂ ਇੱਥੋਂ ਪਹਿਲਾ ਛਾਤੀ ਦਾ ਨਿਸ਼ਾਨ ਲੈ ਲੈਣਾ ਜਿੰਨੀ ਛਾਤੀ ਆ ਉਨੀ ਛਾਤੀ ਦਾ ਨਿਸ਼ਾਨ ਲਾ ਕੇ ਤੇ ਫਿਰ ਆਪਾਂ ਉਹ ਛਾਤੀ ਦੇ ਨਿਸ਼ਾਨ ਤੋਂ ਲੈ ਕੇ ਕਿ ਨਾ ਆਪਾਂ ਨੇ ਇਹਨੂੰ ਐਂ ਕਰਕੇ ਇਹਦੀ ਗੁਲਾਈ ਪਾ ਦੇਣੀ ਆ ਇਦਾਂ ਇਹਦੀ ਗੁਲਾਈ ਪਾ ਦੇਣੀ ਆ ਤੇ ਹਾਂਜੀ ਬਸ ਆਪਾਂ ਜੇ ਗਲੇ ਦੀ ਕਟਿੰਗ ਕਰਨੀ ਸੀ ਤੇ ਜੇਕਰ ਮੈਂ ਆਸ ਕਰਦੀ ਆ ਵੀ ਸਮਝ ਆ ਗਈ ਹੋਊ ਜੇਕਰ ਨਹੀਂ ਵੀ ਸਮਝ ਆਈ ਤਾਂ ਤੁਸੀਂ ਮੈਨੂੰ ਜਰੂਰ ਪੁੱਛ ਲਿਓ ਹਾਂਜੀ ਧੰਨਵਾਦ ਜੀ